ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਅਤੇ ਤੁਸੀਂ ਦੇਖਦੇ ਪਿਓ ਜੀ ਮੇਰੇ ਨਾਲ ਡੀ ਪੀ ਸੀ ਪੰਜਾਬੀ ਅਤੇ ਡੀ ਪੀ ਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤੁਸੀਂ ਦੇਖਦੇ ਪਿਓ ਮੇਰੇ ਨਾਲ ਵਿੱਕੀ ਮਲਕ ਦੀ ਡੇਰਾ ਬਾਬਾ ਨਾਨਕ ਤੋਂ ਏਅਰਪੋਰਟ। ਤੁਹਾਨੂੰ ਦੱਸ ਦਈਏ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਅੰਦਰ ਚੋਰਾਂ ਅਤੇ ਨਸ਼ੇੜੀਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਨਿੱਤ ਨਵੇਂ ਦਿਨ ਰਾਹਗੀਰਾਂ ਘਰਾਂ ਦੁਕਾਨਾਂ ਆਦਿ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਉੱਥੇ ਹੀ ਹੁਣ ਗੁਰੂ ਘਰਾਂ ਵਿੱਚ ਵੀ ਜਿਹੜੀਆਂ ਨੇ ਚੋਰੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਸੇ ਤਰ੍ਹਾਂ ਦਾ ਮਾਮਲਾ ਬੀਤੀ ਰਾਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਨਿੱਕੋ ਸਰਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸ਼੍ਰੀ ਰਾਮ ਪ੍ਰਸਾਦ ਵਿੱਚੋਂ ਚੋਰ ਗੁਰਦੁਆਰਾ ਸਾਹਿਬ ਦੇ ਤਾਲੇ ਤੋੜ ਕੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਆਓ ਗੱਲਬਾਤ ਕਰਦੇ ਹਾਂ ਗ੍ਰੰਥੀ ਸਿੰਘਾਂ ਦੇ ਨਾਲ ਅਤੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਚੋਰੀ ਦੇ ਉੱਤੇ। ਮੈਂ ਜੀ ਇੱਥੇ ਰਾਮ ਪ੍ਰਸਾਦ ਦੇ ਗ੍ਰੰਥੀ ਹਾਂ, ਹੈੱਡ ਗ੍ਰੰਥੀ। ਜਦੋਂ ਮੈਂ ਰੋਜ਼ਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਅਤੇ ਜਦੋਂ ਅੱਜ ਆਇਆ ਅਤੇ ਆਣ ਕੇ ਦੇਖਿਆ ਜੋ ਲਾਈਟਾਂ ਬੰਦ ਹਨ ਅਤੇ ਦਰਵਾਜ਼ੇ ਦੇ ਜਿੰਦਰੇ ਜਿਹੇ ਟੁੱਟੇ ਹਨ, ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ। ਉਹ ਸਾਰੇ ਪ੍ਰਧਾਨ ਸਾਹਿਬ ਆਏ ਹਨ, ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ, ਇੱਕ ਵੱਡੀ ਦੇਗ ਆਦਿ ਗੋਲਕ ਹੋਰ ਐੱਲ ਸੀ ਡੀਆਂ ਆਦਿਕ ਜਿਹੜੀਆਂ ਹਨ ਉਹ ਤੋੜ ਕੇ ਲੈ ਗਏ ਨੇ। ਕਾਫ਼ੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ। ਅਤੇ ਕੀ ਚੋਰ ਡੀ ਬੀ ਆਰ ਵਗੈਰਾ ਸਭ ਕੁਝ ਲੈ ਗਏ? ਹਾਂਜੀ ਸਭ ਕੁਛ ਲੈ ਗਏ, ਅਤੇ ਘਿਓ ਦਾ ਟੀਨ ਆਦਿਕ ਅਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ। ਕਾਫ਼ੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਹਨ। ਗੋਲਕ ਜਿਹੜੀ ਇਹਦੀ ਮਤਲਬ ਸੰਗਰਾਂਦ ਹੁੰਦੀ ਹੈ? ਹਾਂਜੀ ਸੰਗਰਾਂਦ ਤੋਂ ਸੰਗਰਾਂਦ ਹੁੰਦੀ ਆ, ਕਾਫ਼ੀ ਕੋਈ 20,000 25,000 ਦੀ ਗੋਲਕ ਨਿਕਲਦੀ ਆ। ਅਤੇ ਇਹਦੇ ਵਿੱਚ ਕੋਈ ਪੁਲਿਸ ਆਈ? ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਆਦਿਕ, ਇਹ ਕਾਰਵਾਈ ਉਹ ਕਹਿੰਦੇ ਅਸੀਂ ਕਰ ਰਹੇ ਹਾਂ। ਅਤੇ ਕੀ ਮੰਗ ਕਰਦੇ ਤੁਸੀਂ ਫਿਰ? ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ? ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ, ਜਿਹੜੀ ਵਾਰਦਾਤ ਨਾ ਹੋਵੇ। ਇਹੋ ਹੀ ਆ ਸਰਕਾਰ ਦੇ ਅੱਗੇ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਅਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਆ ਨਾ ਹੋ ਸਕੇ, ਇਹੀ ਬੇਨਤੀ ਹੈ ਆਪਾਂ ਨੂੰ। ਅਤੇ ਇਹ ਜੀ ਬਾਬਾ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾਮ ਬਹੁਤ ਇਤਿਹਾਸਿਕ ਗੁਰਦੁਆਰਾ ਹੈ, ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਜੀ ਇੱਥੇ। ਅਤੇ ਇੱਥੇ ਜਦੋਂ ਬਾਬਾ ਜੀ ਹਨੇਰੇ 4 ਵਜੇ ਆਏ ਆ, ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਅਤੇ ਅਸੀਂ ਆਣ ਕੇ ਵੇਖਿਆ ਵਾ ਅਤੇ ਤਾਲੇ ਤੂਲੇ ਟੁੱਟੇ ਸੀ ਅਤੇ ਗੋਲਕਾਂ ਇੱਕ ਅੰਦਰ ਇੱਕ ਬਾਹਰ ਆ। ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ 'ਚ ਪੈਸੇ ਪਾਉਂਦਾ ਵਾ ਅਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਆ ਮਹੀਨੇ ਦੀ। ਅਤੇ ਇਹਦੇ ਵਿੱਚ ਗੋਲਕਾਂ ਦੋਵੇਂ ਤੋੜੀਆਂ, ਅੰਦਰੋਂ ਜੰਗਲਾ ਵੀ ਤੋੜਿਆ ਵਾ ਅਤੇ ਇੱਕ ਟੀਨ ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ, ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ, ਉਹ 50,000 ਦੀ ਲਿਆਂਦੀ ਆ, ਥੋੜ੍ਹਾ ਚਿਰ ਹੀ ਹੋਇਆ ਸੀ। ਅਤੇ ਤਾਂਬੇ ਦੀ ਦੇਗ ਲੈ ਗਏ ਆ ਅਤੇ 20,000 ਲਾ ਕੇ ਲੈ ਗਏ। ਅਤੇ ਇੱਥੇ ਸਾਡੇ ਪਿੰਡ ਨਿੱਕੋ ਸਾਂ 'ਚ ਬਹੁਤ ਸਮੈਕ ਵਿਕਦੀ ਆ ਅਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਠੱਲ ਪਾਉਣੀ ਅਤੇ ਸਾਨੂੰ ਦਵਾਇਆ ਜਾਵੇ, ਇਹ ਜਿਹੜੀਆਂ ਵਾਰਦਾਤਾਂ ਨਾ ਹੋਣ ਇਹਨਾਂ ਨੂੰ ਦੱਸਣ ਨੂੰ ਚਾਹੀਦਾ, ਰੋਕ ਲਾਉਣੀ ਚਾਹੀਦੀ ਆ, ਸਾਡੀ ਇਹੋ ਬੇਨਤੀ ਆ। ਅਤੇ ਤੁਸੀਂ ਸੂਚਿਤ? ਅਸੀਂ 112 'ਤੇ ਫੋਨ ਕੀਤਾ ਵਾ ਅਤੇ ਉਹ ਪੁਲਿਸ ਮੌਕਾ ਵੇਖ ਕੇ ਗਏ ਅਤੇ ਉਹਨਾਂ